मंच से इकट्ठे होन अते नशा खिलाफ लोगों जागरूक करन। ए विचार सांसद गुरजीत सिंह औसला ने गोबिंदगढ़ तो निकली हाफ मैराथन का शुभारंभ करदिया सांझे कीते। विधायक सुनील दत्ती अते पंजाब सीवरेज बोर्ड के वाइस चेयरमैन राज कमलप्रीत सिंह लक्की उचेचे तौर पर मौजूद सन। इस मैराथन च शामिल खिडारियों ने लोगों चंगी सेहत बारे जागरूक किया। इलेक्ट्रिक ट्रेडर्स एसोसीएशन के प्रधान बलबीर वसीन, अश्विनी शर्मा, हरजीत सिंह कलसी, स्पोर्ट्स सेल के चेयरमैन प्रमोद पाटिया, रविंदर सिंह अरोड़ा समेत कई लोग मौजूद सन। ਅੱਜ ਹਾਫ ਮੈਰਾਥਨ ਜਿਹੜੀ ਆ ਗੁੜਗਾਉਂ ਤੋਂ ਆ ਕੇ ਕਾਲੜਾ ਜੀ ਕੋਹੂ ਜੀ ਇੱਕ ਐਨ ਜੀ ਓ ਚਲਾ ਰਹੇ ਜਿਹੜਾ ਪਰਿਵਾਰ ਆ ਉਹਨਾਂ ਵੱਲੋਂ ਕਰਵਾਈ ਜਾ ਰਹੀ ਹੈ ਜਿਹੜੀ ਬੜੀ ਵੱਡੀ ਐਨ ਜੀ ਓ ਗੁੜਗਾਉਂ 'ਚ ਚਲਾ ਰਹੇ ਆ ਔਰ ਅੰਮ੍ਰਿਤਸਰ ਦੇ ਕਿਹੜਾ ਗੋਬਿੰਦਗੜ੍ਹ ਤੋਂ ਇਹ ਸ਼ੁਰੂ ਹੋਈ ਹੈ। ਅੱਜ ਐੱਮ ਐੱਲ ਏ ਸਾਹਿਬ ਸ਼੍ਰੀ ਸੁਨੀਲ ਦੱਤੀ ਜੀ ਲੱਕੀ ਜੀ ਜਿਹੜੇ ਚੇਅਰਮੈਨ ਨੇ ਇਹ ਵੀ ਚੇਚੇ ਤੌਰ 'ਤੇ ਇੱਥੇ ਪਹੁੰਚੇ ਨੇ ਔਰ ਇਹ 10 ਕਿਲੋਮੀਟਰ 5 ਕਿਲੋਮੀਟਰ 3 ਕਿਲੋਮੀਟਰ ਦੇ ਪੜਾਅ ਨੇ ਔਰ ਮੈਂ ਸਮਝਦਾ ਕਿ ਸਿਹਤਯਾਬ ਹੋਣਾ ਬਹੁਤ ਜ਼ਰੂਰੀ ਹੈ। ਚੰਗੀ ਸਿਹਤ ਹੋਵੇ ਤਾਂ ਬੰਦਾ ਇਹਦੇ ਵਿੱਚ ਚੰਗਾ ਮਾਨਸਿਕ ਤੌਰ 'ਤੇ ਵਿਕਾਸ ਹੁੰਦਾ ਆ। ਸੋ ਇਹਨਾਂ ਚੀਜ਼ਾਂ ਵਾਸਤੇ ਨਸ਼ੇ ਦੇ ਅੰਗੇਜ਼ਡ ਇਹਨਾਂ ਜਿਹੜਾ ਸਟੈਪ ਲਿਆ ਆ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ। ਮੈਂ ਸ਼ਹਿਰ ਵਾਸੀਆਂ ਨੂੰ ਕਹੂੰਗਾ ਕਿ ਦੇਖੋ ਗੁੜਗਾਉਂ ਤੋਂ ਆ ਗਏ ਲੋਕ ਇੱਥੇ ਮੈਰਾਥਨ ਕਰਾ ਰਹੇ ਨੇ, ਆਓ ਉੱਠ ਕੇ ਇਹਨਾਂ ਲੋਕਾਂ ਦਾ ਸਾਥ ਦਿਆ ਕਰੋ। ਜਦੋਂ ਵੀ ਕਿਤੇ ਪਤਾ ਲੱਗੇ ਮੈਰਾਥਨ ਅੰਮ੍ਰਿਤਸਰ 'ਚ ਹੋ ਰਹੀ ਆ, ਸ਼ਹਿਰ ਦੇ ਸਪੋਰਟਸਮੈਨ ਔਰ ਆਮ ਪਬਲਿਕ ਜਿਹੜੀ ਉਸ ਦਿਨ ਵਾਸਤੇ ਘਰੋਂ ਬਾਹਰ ਨਿਕਲ ਕੇ ਇਸ ਮੈਰਾਥਨ ਦਾ ਹਿੱਸਾ ਜ਼ਰੂਰ ਬਣਿਆ ਕਰੋ।